प्यारे बच्चों इस वीडियो लेक्चर ਵਿੱਚ ਮੈਂ ਤੁਹਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਜੋ 9ਵੀਂ ਕਲਾਸ ਦੇ ਇੰਗਲਿਸ਼ ਦੇ ਸਿਲੇਬਸ ਦੇ ਵਿੱਚ ਲੈਟਰਜ਼ ਹਨ ਜੁਲਾਈ ਅਤੇ ਅਗਸਤ ਮਹੀਨੇ ਦੇ ਸਿਲੇਬਸ ਦੇ ਵਿੱਚ ਇਹ ਲੈਟਰਜ਼ ਹਨ ਬੇਟਾ ਤੁਹਾਨੂੰ ਉਹ ਲੈਟਰ ਆਪਾਂ ਇਸ ਵੀਡੀਓ ਲੈਕਚਰ ਵਿੱਚ ਕਰਨ ਜਾ ਰਹੇ ਹਾਂ ਜਿਸ ਵਿੱਚੋਂ ਪਹਿਲਾ ਲੈਟਰ ਕਿਹੜਾ ਹੈ ਲੈਟਰ ਟੂ ਸਿਸਟਰ ਡਿਸਕ੍ਰਾਈਬਿੰਗ ਅ ਸਕੂਲ ਟ੍ਰਿਪ ਆਪਣੇ ਸਿਸਟਰ ਨੂੰ ਇੱਕ ਲੈਟਰ ਲਿਖਣਾ ਹੈ ਜਿਨ੍ਹਾਂ ਨੂੰ ਤੁਸੀਂ ਆਪਣੇ ਕਿਸੇ ਸਕੂਲ ਦੇ ਟੂਰ ਬਾਰੇ ਦੱਸੋਗੇ ਤੁਸੀਂ ਕਿਸੇ ਟੂਰ ਉੱਤੇ ਗਏ ਉਸ ਦੇ ਬਾਰੇ ਆਪਣੇ ਸਿਸਟਰ ਨੂੰ ਤੁਸੀਂ ਇਸ ਲੈਟਰ ਦੇ ਵਿੱਚ ਦੱਸਣਾ ਹੈ ਸਭ ਤੋਂ ਪਹਿਲਾਂ ਬੇਟਾ ਕੀ ਆਵੇਗਾ ਆਪਣਾ ਐਡਰੈਸ ਆਵੇਗਾ ਇਹ ਇੱਕ ਪਰਸਨਲ ਲੈਟਰ ਹੈ ਜੋ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਲਿਖਦੇ ਹਾਂ ਯਾਰਾਂ ਦੋਸਤਾਂ ਨੂੰ ਲਿਖਦੇ ਹਾਂ ਪਰਿਵਾਰਕ ਮੈਂਬਰਾਂ ਨੂੰ ਲਿਖਦੇ ਹਾਂ ਇਹ ਪਰਸਨਲ ਲੈਟਰਸ ਹੁੰਦੇ ਹਨ ਸਭ ਤੋਂ ਪਹਿਲਾਂ ਬੇਟਾ ਕੀ ਆਉਂਦਾ ਹੈ ਲੈਟਰ ਦੇ ਵਿੱਚ ਆਪਣਾ ਐਡਰੈਸ ਹੁਣ ਵੇਖੋ ਹੈਡਿੰਗ ਦੇ ਵਿੱਚ ਆਪਣਾ ਕੋਈ ਵੀ ਐਡਰੈਸ ਨਹੀਂ ਦਿੱਤਾ ਹੋਇਆ ਤਾਂ ਆਪਾਂ ਆਪਣੇ ਕੋਲੋਂ ਹੀ ਕੋਈ ਆਪਣਾ ਐਡਰੈਸ ਲਿਖ ਲਵਾਂਗੇ 25 ਪ੍ਰੀਤਨਗਰ ਮੋਗਾ ਇਹ ਆਪਾਂ ਆਪਣਾ ਐਡਰੈਸ ਲਿਖ ਲਿਆ ਤੁਸੀਂ ਕੋਈ ਵੀ ਐਡਰੈਸ ਲਿਖ ਸਕਦੇ ਹੋ ਜੇਕਰ ਹੈਡਿੰਗ ਦੇ ਵਿੱਚ ਕੋਈ ਐਡਰੈਸ ਨਹੀਂ ਦਿੱਤਾ ਹੋਇਆ ਉਸ ਤੋਂ ਬਾਅਦ ਇੱਕ ਲਾਈਨ ਦਾ ਗੈਪ ਦੇਵਾਂਗੇ ਅਤੇ ਡੇਟ ਲਿਖ ਦੇਵਾਂਗੇ ਡੇਟ ਬੇਟਾ ਐਸੇ ਤਰ੍ਹਾਂ ਹੀ ਲਿਖਣੀ ਹੈ ਕਿਸੇ ਨੇ ਡੈਸ਼ ਪਾ ਕੇ ਜਾਂ ਸਲੈਸ਼ ਜਿਹੜੀਆਂ ਟੇਡੀਆਂ ਲਾਈਨਾਂ ਹੁੰਦੀਆਂ ਹਨ ਸਲੈਸ਼ ਕਹਿ ਦਿੰਦੇ ਹਨ ਉਹਨਾਂ ਨੂੰ ਜਾਂ ਸਲੈਸ਼ ਪਾ ਕੇ ਕਿਸੇ ਨੇ ਡੇਟ ਨਹੀਂ ਲਿਖਣੀ ਐਸੇ ਫਾਰਮੈਟ ਦੇ ਵਿੱਚ ਤੁਸੀਂ ਡੇਟ ਲਿਖ ਦੇਣੀ ਹੈ ਡੇਟ ਬੇਟਾ ਕਿਹੜੀ ਲਿਖੀ ਦੀ ਹੁੰਦੀ ਹੈ ਜੋ ਤੁਹਾਡੇ ਪੇਪਰ ਵਾਲੀ ਡੇਟ ਹੈ ਜਿਸ ਦਿਨ ਤੁਸੀਂ ਇਹ ਲੈਟਰ ਲਿਖ ਰਹੇ ਹੋ ਉਸ ਤੋਂ ਬਾਅਦ ਫੇਰ ਇੱਕ ਲਾਈਨ ਦਾ ਗੈਪ ਦੇਵਾਂਗੇ ਉਸ ਤੋਂ ਬਾਅਦ ਆਉਂਦਾ ਹੈ ਬੇਟਾ ਸੈਲੂਟੇਸ਼ਨ ਜਿਸ ਨੂੰ ਅਸੀਂ ਲਿਖ ਰਹੇ ਹਾਂ ਉਸ ਦਾ ਨਾਮ ਆ ਜਾਵੇਗਾ ਇੱਥੇ ਹੁਣ ਜਿਸ ਨੂੰ ਲਿਖ ਰਹੇ ਆ ਆਪਣੀ ਸਿਸਟਰ ਨੂੰ ਇਹ ਲੈਟਰ ਲਿਖ ਰਹੇ ਆ ਸਿਸਟਰ ਦਾ ਨਾਮ ਵੀ ਉੱਪਰ ਨਹੀਂ ਦਿੱਤਾ ਹੋਇਆ ਇਸ ਲਈ ਆਪਣੀ ਸਿਸਟਰ ਦਾ ਨਾਮ ਵੀ ਅਸੀਂ ਆਪਣੇ ਕੋਲੋਂ ਹੀ ਕੋਈ ਵੀ ਲਿਖ ਸਕਦੇ ਆ ਕੀ ਲਿਖਿਆ ਮਾਈ ਡੀਅਰ ਪੂਜਾ ਉਸ ਤੋਂ ਬਾਅਦ ਅਸੀਂ ਕੋਈ ਲਾਈਨ ਨਹੀਂ ਛੱਡਾਂਗੇ ਤੇ ਲੈਟਰ ਦੀ ਜੋ ਬਾਡੀ ਹੈ ਉਹ ਸਟਾਰਟ ਕਰ ਦੇਵਾਂਗੇ ਬਾਡੀ ਕੀ ਆ ਬੇਟਾ ਲੈਟਰ ਦੀ ਆਈ ਏਮ ਫਾਈਨ ਐਂਡ ਹੋਪ ਦਾ ਸੇਮ ਫਾਰ ਯੂ ਮੈਂ ਠੀਕ ਠਾਕ ਹਾਂ ਅਤੇ ਇਸੇ ਤਰ੍ਹਾਂ ਦੀ ਆਸ ਤੁਹਾਡੇ ਵੱਲੋਂ ਵੀ ਕਰਦੀ ਹਾਂ ਕਿ ਤੁਸੀਂ ਵੀ ਠੀਕ ਹੋਵੋਗੇ ਆਈ ਏਮ ਫਾਈਨ ਮੈਂ ਠੀਕ ਹਾਂ ਐਂਡ ਹੋਪ ਦਾ ਸੇਮ ਅਤੇ ਇਸੇ ਤਰ੍ਹਾਂ ਆਸ ਕਰਦੀ ਹਾਂ ਫਾਰ ਯੂ ਤੁਹਾਡੇ ਵੱਲੋਂ ਵੀ ਭਾਵ ਕਿ ਤੁਸੀਂ ਵੀ ਠੀਕ ਹੋਵੋਗੇ ਆਈ ਵੈਂਟ ਔਨ ਅ ਟੂਰ ਟੂ ਸ਼ਿਮਲਾ ਮੈਂ ਸ਼ਿਮਲੇ ਇੱਕ ਟੂਰ ਉੱਤੇ ਗਈ ਵੈਂਟ ਹੁੰਦਾ ਬੇਟਾ ਜਾਣਾ ਗੋ ਹੁੰਦਾ ਜਾਣਾ ਤੇ ਪਾਸਟ ਦੀ ਗੱਲ ਹੈ ਤਾਂ ਆਪਾਂ ਸੈਕੰਡ ਫਾਰਮ ਲਗਾਵਾਂਗੇ ਵੈਂਟ ਆਈ ਵੈਂਟ ਔਨ ਅ ਟੂਰ ਟੂ ਸ਼ਿਮਲਾ ਮੈਂ ਸ਼ਿਮਲੇ ਇੱਕ ਟੂਰ ਤੇ ਗਈ ਇਟ ਵਾਸ ਅ 7 ਡੇਜ਼ ਟੂਰ ਇਹ ਇੱਕ 7 ਦਿਨਾਂ ਦਾ ਟੂਰ ਸੀ ਫਰੋਮ 1st ਅਗਸਟ ਟੂ 7th ਅਗਸਟ 1 ਅਗਸਟ ਤੋਂ 7 ਅਗਸਟ ਤੱਕ ਭਾਵ 7 ਦਿਨਾਂ ਦਾ ਇਹ ਟੂਰ ਸੀ ਆਲ ਮਾਈ ਕਲਾਸਮੇਟਸ ਵੈਂਟ ਔਨ ਦਿਸ ਟੂਰ ਮੇਰੇ ਸਾਰੇ ਕਲਾਸਮੇਟਸ ਕਲਾਸਮੇਟਸ ਬੇਟਾ ਕੌਣ ਜੋ ਤੁਹਾਡੇ ਨਾਲ ਕਲਾਸ ਵਿੱਚ ਪੜ੍ਹਦੇ ਹਨ ਆਲ ਮਾਈ ਕਲਾਸਮੇਟਸ ਵੈਂਟ ਔਨ ਦਿਸ ਟੂਰ ਮੇਰੇ ਸਾਰੇ ਕਲਾਸਮੇਟ ਇਸ ਟੂਰ ਤੇ ਗਏ ਆਰ ਹਿਸਟਰੀ ਟੀਚਰ ਵਾਸ ਆਲਸੋ ਵਿਦ ਅਸ ਸਾਡੇ ਜੋ ਇਤਿਹਾਸ ਦੇ ਇਹਦਾ ਅਧਿਆਪਕ ਹਨ ਉਹ ਵੀ ਸਾਡੇ ਨਾਲ ਸਨ ਆਰ ਹਿਸਟਰੀ ਟੀਚਰ ਵਾਸ ਆਲਸੋ ਵਿਦ ਅਸ ਬੇਟਾ ਤੁਸੀਂ ਇੱਥੇ ਹਿਸਟਰੀ ਦੀ ਜਗ੍ਹਾ ਤੇ ਐਸਐਸਟੀ ਟੀਚਰ ਵੀ ਲਿਖ ਸਕਦੇ ਹੋ ਸਾਡੇ ਜੋ ਸੋਸ਼ਲ ਸਾਇੰਸ ਦੇ ਟੀਚਰ ਹਨ ਸਾਡੇ ਜੋ ਐਸਐਸਟੀ ਟੀਚਰ ਹਨ ਉਹ ਵੀ ਸਾਡੇ ਨਾਲ ਗਏ देयर ਵਾਰ ਅ ਲੋਟ ਆਫ ਲੌਂਗ ਟਰੀਜ਼ ਉਥੇ ਬਹੁਤ ਜ਼ਿਆਦੇ ਲੰਮੇ ਦਰਖਤ ਸਨ ਸ਼ਿਮਲੇ ਗਏ ਆ ਬੇਟਾ ਤਾਂ ਉਤੋਂ ਦਾ ਦ੍ਰਿਸ਼ ਦੱਸ ਰਹੇ ਹਨ ਉਥੇ ਬਹੁਤ ਸਾਰੇ ਲੰਮੇ ਦਰਖਤ ਸਨ ਕੋਲ ਬਰੀਜ਼ ਵਾਸ ਬਲੋਇੰਗ ਠੰਡੀ ਹਵਾ ਵਗ ਰਹੀ ਸੀ ਬਰੀਜ਼ ਹੁੰਦਾ ਬੇਟਾ ਹਵਾ ਬਲੋਇੰਗ ਹੁੰਦਾ ਹਵਾ ਦਾ ਚੱਲਣਾ ਠੰਡੀ ਹਵਾ ਚੱਲ ਰਹੀ ਸੀ ਵੀ ਸੋ ਮੈਨੀ ਬਿਊਟੀਫੁਲ ਪਲੇਸਸ ਥੇਰ ਅਸੀਂ ਉੱਥੇ ਬਹੁਤ ਸਾਰੀਆਂ ਸੁੰਦਰ ਥਾਵਾਂ ਦੇਖੀਆਂ ਪਲੇਸਸ ਹੁੰਦਾ ਬੇਟਾ ਥਾਵਾਂ ਥੇਰ ਹੁੰਦਾ ਉੱਥੇ ਔਨ ਦਾ ਲਾਸਟ ਡੇ ਅਖੀਰਲੇ ਦਿਨ ਵੀ ਕੇਮ ਟੂ ਚੰਡੀਗੜ੍ਹ ਅਖੀਰਲੇ ਦਿਨ ਅਸੀਂ ਚੰਡੀਗੜ੍ਹ ਆ ਗਏ ਭਾਵ 7ਵੇਂ ਦਿਨ ਅਸੀਂ ਚੰਡੀਗੜ੍ਹ ਆ ਗਏ ਇਟ ਵਾਸ ਵੈਰੀ ਨਾਈਸ ਟ੍ਰਿਪ ਇਹ ਬਹੁਤ ਹੀ ਵਧੀਆ ਟੂਰ ਸੀ ਆਈਟ ਵਾਸ ਵੈਰੀ ਯੂਸਫੁਲ ਟ੍ਰਿਪ ਇਹ ਬਹੁਤ ਲਾਭਦਾਇਕ ਟੂਰ ਵੀ ਸੀ ਭਾਵ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਣਾ ਉਸ ਨੂੰ ਇਸ ਲਈ ਉਸਨੇ ਕੀ ਕਹਿ ਦਿੱਤਾ ਕਿ ਇਹ ਬਹੁਤ ਹੀ ਲਾਭਦਾਇਕ ਟੂਰ ਸੀ ਆਈ ਐਨਜੋਏਡ ਇਟ ਵੈਰੀ ਮਚ ਮੈਂ ਇਸ ਨੂੰ ਬਹੁਤ ਜ਼ਿਆਦਾ ਇੰਜੋਏ ਕੀਤਾ your sincerely ਤੁਹਾਡੀ ਪਿਆਰੀ ਅ ਇੱਥੇ ਤੁਸੀਂ ਕਿਸੇ ਲੜਕੀ ਜੇਕਰ ਲਿਖ ਰਹੀ ਹੈ ਤਾਂ ਤੁਸੀਂ ਲੜਕੀ ਦਾ ਨਾਮ ਲਿਖ ਸਕਦੇ ਹੋ ਜੇ ਕੋਈ ਲੜਕਾ ਲਿਖ ਰਿਹਾ ਤਾਂ ਲੜਕੇ ਦਾ ਨਾਮ ਲਿਖ ਸਕਦੇ ਹੋ ਤੁਹਾਡੀ ਪਿਆਰੀ ਸੀਤਾ ਇਹ ਬੇਟਾ ਲੈਟਰ ਤੁਹਾਡਾ ਇੱਥੇ ਖਤਮ ਹੋ ਜਾਂਦਾ ਹੈ ਲੈਟਰ ਦਾ ਨਾਮ ਕੀ ਸੀ ਇੱਕ ਲੈਟਰ ਤੁਸੀਂ ਆਪਣੇ ਸਿਸਟਰ ਨੂੰ ਲਿਖਣਾ ਸੀ ਕਿਸੇ ਸਕੂਲ ਦੇ ਟੂਰ ਬਾਰੇ ਆਪਣੇ ਸਿਸਟਰ ਨੂੰ ਤੁਸੀਂ ਦੱਸਣਾ ਸੀ ਇਹ ਲੈਟਰ ਬੇਟਾ ਤੁਹਾਨੂੰ ਬਹੁਤ ਵਧੀਆ ਸਮਝ ਲੱਗ ਗਿਆ ਹੋਣਾ ਹੈ ਇਹ ਲੈਟਰ ਤੁਸੀਂ ਆਪਣੀਆਂ ਪੱਕੀਆਂ ਕਾਪੀਆਂ ਉੱਤੇ ਲਿਖ ਲੈਣਾ ਹੈ ਅਗਲਾ ਲੈਟਰ ਬੇਟਾ ਜੋ ਕਰਨ ਜਾ ਰਹੇ ਹਾਂ ਅਸੀਂ ਉਹ ਹੈ ਕੌਂਡੋਲਿੰਗ ਵਿਦ ਅ ਫਰੈਂਡ ਆਪਣੇ ਕਿਸੇ ਮਿੱਤਰ ਨੂੰ ਦਿਲਾਸਾ ਦੇਣਾ ਹੈ ਕੌਂਡੋਲਿੰਗ ਕਰਨਾ ਕੀ ਹੁੰਦਾ ਬੇਟਾ ਦਿਲਾਸਾ ਦੇਣਾ ਹੁਣ ਇਹ ਕਿਸੇ ਮਿੱਤਰ ਨੂੰ ਲਿਖ ਰਹੇ ਹਾਂ ਤਾਂ ਲੈਟਰ ਕਿਹੜਾ ਹੈ ਇਹ ਵੀ ਲੈਟਰ ਪਰਸਨਲ ਲੈਟਰ ਹੈ ਸਭ ਤੋਂ ਉੱਤੇ ਐਡਰੈਸ ਕਿਸ ਦਾ ਆਉਂਦਾ ਹੈ ਬੇਟਾ ਲੈਟਰ ਲਿਖਣ ਵਾਲੇ ਦਾ ਹੁਣ ਵੇਖੋ ਹੈਡਿੰਗ ਦੇ ਵਿੱਚ ਤਾਂ ਕੋਈ ਐਡਰੈਸ ਦਿੱਤਾ ਹੀ ਨਹੀਂ ਹੈ ਤਾਂ ਆਪਣੇ ਕੋਲੋਂ ਤੁਸੀਂ ਕੋਈ ਮਰਜ਼ੀ ਐਡਰੈਸ ਲਿਖ ਸਕਦੇ ਹੋ ਤਾਂ ਆਪਾਂ ਕੀ ਲਿਖਿਆ ਹੈ 25 ਪ੍ਰੀਤਨਗਰ ਮੋਗਾ ਇੱਕ ਆਸਾਨ ਜਿਹਾ ਐਡਰੈਸ ਤੁਸੀਂ ਲਿਖ ਲੈਣਾ ਹੈ ਉਸ ਤੋਂ ਬਾਅਦ ਇੱਕ ਲਾਈਨ ਦਾ ਗੈਪ ਦੇਵਾਂਗੇ ਤੇ ਡੇਟ ਲਿਖ ਦੇਵਾਂਗੇ ਡੇਟ ਲਿਖਣ ਦਾ ਫਾਰਮੈਟ ਉਹੀ ਹੈ ਜੋ ਤੁਹਾਨੂੰ ਮੈਂ ਪਹਿਲੇ ਲੈਟਰ ਵਿੱਚ ਦੱਸਿਆ ਹੈ ਉਸ ਤੋਂ ਬਾਅਦ ਇੱਕ ਲਾਈਨ ਦਾ ਗੈਪ ਫੇਰ ਦੇਵਾਂਗੇ ਅਤੇ ਜਿਸ ਨੂੰ ਲੈਟਰ ਲਿਖ ਰਹੇ ਆ ਉਸ ਤੋਂ ਬਾਅਦ ਅਸੀਂ ਉਸ ਦਾ ਨਾਮ ਲਿਖ ਦੇਵਾਂਗੇ ਡੀਅਰ ਦਲਜੀਤ ਹੁਣ ਨਾਮ ਵੀ ਤੁਸੀਂ ਕੋਈ ਵੀ ਲਿਖ ਸਕਦੇ ਹੋ ਕਿਉਂਕਿ ਹੈਡਿੰਗ ਦੇ ਵਿੱਚ ਤਾਂ ਆਪਾਂ ਨੂੰ ਕੀ ਆਪਣੇ ਫਰੈਂਡ ਦਾ ਨਾਮ ਦਿੱਤਾ ਹੀ ਨਹੀਂ ਹੈ ਤਾਂ ਕੀ ਲਿਖ ਲਿਆ ਡੀਅਰ ਦਲਜੀਤ ਉਸ ਤੋਂ ਬਾਅਦ ਕਿਸੇ ਲਾਈਨ ਦਾ ਗੈਪ ਨਹੀਂ ਦੇਵਾਂਗੇ ਅਤੇ ਲੈਟਰ ਦੀ ਬੋਡੀ ਸਟਾਰਟ ਕਰ ਦੇਵਾਂਗੇ ਆਈ ਵਾਸ ਸ਼ੌਕਡ ਮੈਨੂੰ ਸਦਮਾ ਲੱਗਿਆ ਸ਼ੌਕਡ ਹੁੰਦਾ ਬੇਟਾ ਸਦਮਾ ਲੱਗਣਾ ਟੂ ਨੋ ਜਾਣ ਕੇ ਅਬਾਊਟ ਦਾ ਸਡਨ ਡੈਥ ਆਫ ਯੂਅਰ ਮਦਰ ਕਿਸ ਚੀਜ਼ ਦੇ ਬਾਰੇ ਜਾਣ ਕੇ ਅਚਾਨਕ ਮੌਤ ਬਾਰੇ ਤੁਹਾਡੀ ਮਦਰ ਦੀ ਅਚਾਨਕ ਮੌਤ ਬਾਰੇ ਪਤਾ ਲੱਗਣ ਤੇ ਮੈਨੂੰ ਸਦਮਾ ਲੱਗਿਆ ਸ਼ੀ ਵਾਸ ਅ ਗ੍ਰੇਟ ਲੇਡੀ ਉਹ ਇੱਕ ਮਹਾਨ ਔਰਤ ਸੀ ਗ੍ਰੇਟ ਹੁੰਦਾ ਮਹਾਨ ਸ਼ੀ ਵਾਸ ਵੈਰੀ ਕਾਈਂਡ ਟੂ ਮੀ ਉਹ ਮੇਰੇ ਪ੍ਰਤੀ ਬਹੁਤ ਦਿਆਲੂ ਸੀ ਥਿਸ ਇਜ਼ ਅ ਬਿਗ ਲਾਸ ਆਫ ਯੂ ਇਹ ਤੁਹਾਡਾ ਵੱਡਾ ਘਾਟਾ ਹੈ ਲਾਸ ਹੁੰਦਾ ਹੈ ਘਾਟਾ you should bear this loss with courage ਤੁਹਾਨੂੰ ਇਹ ਘਾਟਾ ਹੌਸਲੇ ਨਾਲ ਸਹਿਣ ਕਰਨਾ ਚਾਹੀਦਾ ਹੈ bear ਹੁੰਦਾ ਬੇਟਾ ਸਹਿਣ ਕਰਨਾ courage ਕੀ ਹੁੰਦਾ ਹੈ ਹੌਸਲਾ ਤੁਹਾਨੂੰ ਇਹ ਘਾਟਾ ਹੌਸਲੇ ਨਾਲ ਸਹਿਣ ਕਰਨਾ ਚਾਹੀਦਾ ਹੈ please console your family ਕਿਰਪਾ ਕਰਕੇ ਆਪਣੇ ਪਰਿਵਾਰ ਨੂੰ ਦਿਲਾਸਾ ਦਿਓ console ਕਰਨਾ ਕੀ ਹੁੰਦਾ ਬੇਟਾ ਦਿਲਾਸਾ ਦੇਣਾ ਕਿਰਪਾ ਕਰਕੇ ਆਪਣੀ ਫੈਮਲੀ ਨੂੰ ਦਿਲਾਸਾ ਦਿਓ ਇਟ ਵਾਸ ਵਿਲ ਆਫ ਗੋਡ ਇਹ ਰੱਬ ਦੀ ਇੱਛਾ ਸੀ ਵਿਲ ਹੁੰਦਾ ਹੈ ਇੱਛਾ ਇਹ ਰੱਬ ਦੀ ਇੱਛਾ ਸੀ ਮੇ ਗੋਡ ਗ੍ਰਾਂਟ ਪੀਸ ਟੂ ਦਾ ਡਿਪਾਰਟਡ ਸੋਲ ਅ ਇੱਥੇ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਕਿ ਪ੍ਰਮਾਤਮਾ ਵਿਛੜੀ ਹੋਈ ਆਤਮਾ ਨੂੰ ਸ਼ਾਂਤੀ ਦੇਵੇ ਡਿਪਾਰਟਡ ਕੀ ਹੁੰਦਾ ਹੈ ਬੇਟਾ ਵਿਛੜੀ ਹੋਈ ਪ੍ਰਮਾਤਮਾ ਵਿਛੜੀ ਹੋਈ ਆਤਮਾ ਨੂੰ ਸ਼ਾਂਤੀ ਦੇਵੇ ਫੇਰ ਬੇਟਾ ਇੱਕ ਲਾਈਨ ਦਾ ਗੈਪ ਦੇ ਕੇ ਅਸੀਂ ਕੀ ਲਿਖਾਂਗੇ ਇਨ ਡੀਪੈਸਟ ਗਰੀਫ ਬਹੁਤ ਹੀ ਜ਼ਿਆਦਾ ਦੁੱਖ ਵਿੱਚ ਯੋਰ ਫਰੈਂਡ ਤੁਹਾਡਾ ਮਿੱਤਰ ਥੱਲੇ ਨਾਮ ਲਿਖ ਦੇਵਾਂਗੇ ਬਲਜੀਤ ਇਹ ਨਾਮ ਵੀ ਬੇਟਾ ਤੁਸੀਂ ਕੋਈ ਮਰਜ਼ੀ ਨਾਮ ਇਹੀ ਲਿਖ ਸਕਦੇ ਹੋ ਤੁਹਾਡਾ ਮਿੱਤਰ ਬਲਜੀਤ ਤੇ ਬੇਟਾ ਫਾਰਮੈਟ ਚੰਗੀ ਤਰ੍ਹਾਂ ਯਾਦ ਰੱਖਣਾ ਹੁੰਦਾ ਸਭ ਤੋਂ ਪਹਿਲਾਂ ਕਿਸ ਦਾ ਐਡਰੈਸ ਆਉਂਦਾ ਹੈ ਆਪਣਾ ਭਾਵ ਲੈਟਰ ਲਿਖਣ ਵਾਲੇ ਦਾ ਫੇਰ ਇੱਕ ਲਾਈਨ ਦੇ ਗੈਪ ਤੋਂ ਬਾਅਦ ਡੇਟ ਲਿਖਦੇ ਹਾਂ ਫੇਰ ਇੱਕ ਲਾਈਨ ਦਾ ਗੈਪ ਛੱਡਦੇ ਹਾਂ ਜਿਸ ਨੂੰ ਅਸੀਂ ਲੈਟਰ ਲਿਖ ਰਹੇ ਹਾਂ ਉਸ ਦਾ ਨਾਮ ਆ ਜਾਂਦਾ ਹੈ ਜਿਸ ਨੂੰ ਸੈਲੂਟੇਸ਼ਨ ਵੀ ਕਹਿ ਦਿੰਨੇ ਆ ਉਸ ਤੋਂ ਬਾਅਦ ਅਸੀਂ ਬੋਡੀ ਸਟਾਰਟ ਕਰ ਦੇਣੀ ਹੈ ਇਹ ਬੇਟਾ ਕੀ ਹੈ ਉਸ ਤੋਂ ਅੱਗੇ ਬੋਡੀ ਤੋਂ ਬਾਅਦ ਐਂਡਿੰਗ ਲਾਈਨਸ ਆ ਜਾਣੀਆਂ ਇਹ ਤੁਹਾਡਾ ਲੈਟਰ ਸੀ ਬੇਟਾ ਦਿਲਾਸਾ ਦੇਣਾ ਇੱਕ ਮਿੱਤਰ ਨੂੰ ਓਕੇ ਬੇਟਾ ਤੁਹਾਨੂੰ ਇਹ ਲੈਟਰ ਵੀ ਬਹੁਤ ਵਧੀਆ ਤਰੀਕੇ ਨਾਲ ਸਮਝ ਲੱਗ ਗਿਆ ਹੋਵੇਗਾ ਅਗਲੇ ਵੀਡੀਓ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਤੁਹਾਡਾ ਤੀਸਰਾ ਅਤੇ ਚੌਥਾ ਲੈਟਰ ਜੋ ਜੁਲਾਈ ਅਤੇ ਅਗਸਤ ਦੇ ਮਹੀਨੇ ਵਿੱਚ ਤੁਹਾਨੂੰ ਲੈਟਰਜ਼ ਹਨ ਤੁਹਾਡੇ 9ਵੀਂ ਕਲਾਸ ਦੇ ਇੰਗਲਿਸ਼ ਦੇ ਸਿਲੇਬਸ ਦੇ ਵਿੱਚ ਉਹ ਲੈਟਰ ਵੀ ਆਪਾਂ ਅਗਲੇ ਵੀਡੀਓ ਲੈਕਚਰ ਵਿੱਚ ਕਰਾਂਗੇ ਓਕੇ ਬੇਟਾ ਗੁੱਡਬਾਈ